ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ US ਮੀਡੀਆ ਕੈਨੇਡਾ ਵਿੱਚ ਸਵਾਗਤ ਹੈ। ਦਾਸ ਕੁਲਜੀਤ ਸਿੰਘ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਇਹ ਕਰਨੀ ਹੈ ਕਿ ਸਾਡਾ ਆਮ ਤੌਰ 'ਤੇ ਸਿੱਖ ਵਰਲਡ ਗੱਲਬਾਤ ਕਰਦਾ ਹੈ ਕਿ ਜਦੋਂ ਕੋਈ ਸਾਡਾ ਵੀਰ ਰੇਡੀਓ ਸਟੇਸ਼ਨ ਚਲਾਉਂਦਾ ਹੋਵੇ ਜਾਂ ਕੋਈ ਅਖਬਾਰ ਚਲਾਉਂਦਾ ਹੋਵੇ, ਜੇ ਤਾਂ ਉਹ ਸਿੱਖਾਂ ਦੀ ਗੱਲ ਕਰਦਾ, ਸਿੱਖ ਵਰਲਡ ਦੀ ਗੱਲ ਕਰਦਾ, ਤਾਂ ਉਹਨਾਂ ਦਾ ਮਾਇੰਡ ਇਸ ਤਰ੍ਹਾਂ ਬਣਿਆ ਹੈ ਕਿ ਉਹ ਅਮੀਰ ਨਹੀਂ ਹੋਣਾ ਚਾਹੀਦਾ। ਔਰ ਜੇ ਉਹ ਅਮੀਰ ਹੈ ਤਾਂ ਫਿਰ ਉਹਦੇ 'ਤੇ ਇੱਕ ਇਲਜ਼ਾਮ ਜਿਹਾ ਲਾ ਦਿਓ ਕਿ ਪਤਾ ਨਹੀਂ ਸਿੱਖਾਂ ਦੇ ਪੈਸੇ ਪੂਸੇ ਖਾਈ ਜਾਂਦਾ ਜਾਂ ਖਾ ਗਿਆ। ਇਹਦਾ ਮਤਲਬ ਇਹ ਹੋਇਆ ਵੀ ਜੇ ਤੁਸੀਂ ਸਿੱਖਾਂ ਦੀ ਗੱਲ ਕਰਨੀ ਆ ਤਾਂ ਤੁਸੀਂ ਮੰਗਦੇ ਹੋਣਾ ਚਾਹੀਦਾ। ਨਾਲ ਹੀ ਨਾਲ ਜੇ ਕੋਈ ਸਿੱਖਾਂ ਦੀ ਗੱਲ ਕਰਦਾ ਹੈ ਔਰ ਕੋਈ ਰੇਡੀਓ ਚਲਾਉਂਦਾ ਹੈ ਤਾਂ ਉਹ ਸਾਡਾ ਮਾਇੰਡ ਸੈੱਟ ਇੱਦਾਂ ਕਰ ਦਿੱਤਾ ਲੋਕਾਂ ਨੇ, ਕੋਈ ਚਲਾਕ ਲੋਕਾਂ ਨੇ, ਕਿ ਉਹ ਤਾਂ ਜੀ ਮਾਮੂਲੀ ਜਿਹਾ ਇਨਸਾਨ ਹੋਣਾ ਚਾਹੀਦਾ। ਉਹਦੇ ਕੋਲ ਨਾ ਤਾਂ ਕੋਈ ਚੰਗੀ ਕਾਰ ਹੋਣੀ ਚਾਹੀਦੀ ਹੈ, ਨਾ ਘਰ ਹੋਣਾ ਚਾਹੀਦਾ। ਕਮਾਲ ਦੀ ਗੱਲ ਆ, ਹੋਣਾ ਤਾਂ ਉਲਟ ਹੋਣਾ ਚਾਹੀਦਾ ਸੀ। ਜਿਹੜਾ ਬੰਦਾ ਹੱਕ, ਸੱਚ, ਇਨਸਾਫ, ਸਿੱਖੀ ਦੀ ਗੱਲ, ਮਨੁੱਖਤਾ ਦੀ ਗੱਲ ਕਰਦਾ, ਉਹ ਤਾਂ ਹੋਣਾ ਚਾਹੀਦਾ ਸੀ ਅਮੀਰ। ਦੁਨੀਆਂ ਤੋਂ ਮਹਿੰਗੀ ਕਾਰ ਚਾਹੀਦੀ ਆ ਉਸ ਬੰਦੇ ਥੱਲੇ ਜਿਹੜਾ ਹੱਕ, ਸੱਚ, ਇਨਸਾਫ ਦੀ ਗੱਲ ਕਰਦਾ। ਪਰ ਦੁਨੀਆਂ ਨੇ ਕੀ ਕਰਤਾ? ਦੁਨੀਆਂ ਨੇ ਮਾਇੰਡ ਸੈੱਟ ਲੋਕਾਂ ਦਾ ਦੇਖੋ ਕਿਸ ਤਰ੍ਹਾਂ ਚੇਂਜ ਕਰਤਾ। ਮੈਂ ਫੋਰ ਐਗਜ਼ਾਮਪਲ ਦਿੰਦਾ ਵੀ ਸਾਡੇ ਇੱਥੇ ਰੇਡੀਓ ਸਟੇਸ਼ਨ ਚੱਲਦਾ ਅੱਜ ਦੀ ਆਵਾਜ਼, ਉਹਨਾਂ ਦੇ ਸੰਚਾਲਕ ਆ ਸੁਖਦੇਵ ਸਿੰਘ ਜੀ। ਵੀ ਮੰਨ ਲਓ ਸੁਖਦੇਵ ਸਿੰਘ ਕੱਲ੍ਹ ਨੂੰ 2-2.5 ਲੱਖ ਦੀ ਕਾਰ ਚਲਾਉਂਦਾ ਫਿਰੇ, ਉਹਦੇ ਕੋਲ ਕੋਈ 2-3 ਮਿਲੀਅਨ ਦਾ ਘਰ ਹੋਵੇ, ਉਹਦੇ ਕੋਲ ਵਧੀਆ ਤੋਂ ਵਧੀਆ ਚੀਜ਼ਾਂ ਹੋਣ, ਤਾਂ ਲੋਕਾਂ ਨੇ ਕਹਿਣਾ ਵਾਹ ਇਹਦੇ ਕੋਲ ਪੈਸਾ ਕਿੱਥੋਂ ਆ ਗਿਆ, ਜਦਕਿ ਕੋਈ ਹੋਣਾ ਚਾਹੀਦਾ। ਜਿਹੜਾ ਆਮ ਬੰਦਾ ਹੈ, ਹੁਣ ਜਿੰਨੇ ਰੇਡੀਓ ਸਟੇਸ਼ਨ ਚੱਲਦੇ ਹਨ, ਅਸੀਂ ਆਪ ਜੀ ਨੂੰ ਦੱਸਦੇ ਰਹਿੰਦੇ ਹਾਂ, ਗੱਲਾਂ ਵੀ ਕਰਦੇ ਹਾਂ ਕਿ ਜਿੰਨੇ ਇੱਥੇ ਟੋਰਾਂਟੋ, ਕਨੇਡਾ, ਅਮੈਰੀਕਾ, ਇੰਗਲੈਂਡ, ਆਲ ਓਵਰ ਯੂਰਪ ਜਿਹੜੇ ਵੀ ਮੀਡੀਆ ਚੱਲਦਾ, ਉਹਦੇ ਵਿੱਚ ਕਮ ਸੇ ਕਮ 95% ਮੀਡੀਆ ਉਹਨਾਂ ਦੀ ਪਿੱਛੇ ਸੋਚ ਨੂੰ ਹਾਈਜੈਕ ਕੀਤਾ ਪਿਆ, ਔਰ 95% ਉਹ ਜ਼ਿਆਦਾਤਰ ਖੁੱਲ੍ਹ ਕੇ ਨਹੀਂ ਗੱਲ ਕਰਦੇ, ਉਹ ਸਿੱਖਾਂ ਦੇ ਐਂਟੀ ਹੀ ਭੁਗਤਦੇ ਹਨ। ਜਦੋਂ ਇੱਕ ਬੰਦਾ ਹੱਕ, ਸੱਚ, ਇਨਸਾਫ ਦੀ ਵਧੀਆ ਗੱਲ ਕਰਦਾ ਤਾਂ ਉਹਦੇ ਕੋਲ 2-2.5 ਲੱਖ ਦੀ ਕਾਰ ਹੋਵੇ, 2-2.5 ਲੱਖ ਮਿਲੀਅਨ ਡਾਲਰ ਦਾ ਕਾਰ ਹੋਵੇ, ਦੁਨੀਆਂ ਦੀ ਹਰ ਐਸ਼ੋ ਇਸ਼ਰਤ ਦਾ ਸਮਾਨ ਉਹਦੇ ਕੋਲ ਹੋਵੇ, ਤਾਂ ਇੱਕ ਆਮ ਆਦਮੀ ਵੇਖਣ ਵਾਲਾ ਕਹੂਗਾ ਪਰ ਯਾਰ ਆਪਾਂ ਵੀ ਆਹ ਕੰਮ ਕਰੀਏ, ਨਾਲੇ ਆਪਾਂ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਹਾਂ, ਨਾਲੇ ਸੱਚੀ ਸੁੱਚੀ ਗੱਲ ਕਰਦੇ ਹਾਂ, ਨਾਲੇ ਦੇਖ ਲੋਕ ਕਿੰਨੀ ਸਪੋਰਟ ਕਰਦੇ ਆ। ਪਰ ਹੁੰਦਾ ਇਹਦੇ ਉਲਟ ਆ, ਉਲਟ ਹੁੰਦਾ ਉਲਟ। ਜੇ ਤੁਸੀਂ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ, ਜੇ ਤੁਸੀਂ ਰੇਡੀਓ ਸਟੇਸ਼ਨ ਸ਼ੁਰੂ ਕਰ ਲਿਆ, ਮਾਫ ਕਰਨਾ ਤੁਹਾਨੂੰ ਐਡ ਨਹੀਂ ਮਿਲਣੀ। ਜੇ ਤੁਸੀਂ ਅਖਬਾਰ ਸ਼ੁਰੂ ਕਰ ਲਈ, ਅਖਬਾਰ ਦੇ ਵਿੱਚ ਸੋਹਣੇ ਸੋਹਣੇ ਆਰਟੀਕਲ ਲਾਉਣੇ ਆ, ਉਹਦੇ 'ਚ ਹੱਕ, ਸੱਚ, ਇਨਸਾਫ, ਮਨੁੱਖਤਾ ਦੇ ਭਲੇ ਦੀ ਗੱਲ ਹੋਣੀ ਆ, ਮਾਫ ਕਰਨਾ ਤੁਹਾਨੂੰ ਐਡਵਰਟਾਈਜ਼ ਨਹੀਂ ਮਿਲਣੀ। ਔਰ ਜਿਹੜੇ ਜਿਨ੍ਹਾਂ ਦਾ ਬਿਜ਼ਨਸ ਆ, ਬਿਜ਼ਨਸਮੈਨਾਂ ਨੇ ਤੁਹਾਨੂੰ ਐਡ ਨਹੀਂ ਦੇਣੀ। ਇਹਦਾ ਮਤਲਬ ਕੀ ਨਿਕਲਿਆ? ਤੁਸੀਂ ਸੋਚੋ, ਆਪ ਸੋਚੋ। ਹੁਣ ਟੋਰਾਂਟੋ ਦੇ ਵਿੱਚ ਤੁਸੀਂ ਦੇਖੋ, ਟੋਰਾਂਟੋ ਦੇ ਵਿੱਚ ਤੁਸੀਂ ਦੇਖੋ ਵੀ ਇੱਕ, ਹੁਣ ਇੱਕ ਪਾਸੇ ਸੁਖਦੇਵ ਸਿੰਘ ਆ ਔਰ ਦੂਜੇ ਪਾਸੇ ਕੋਈ ਹੋਰ 770 AM 530 ਤੇ ਜਾਂ ਹੋਰ ਕੋਈ
ਜਾਂ ਐਫ ਐਮ ਵਾਲਾ ਰੇਡੀਓ ਸਟੇਸ਼ਨ ਲਾ ਲਓ, ਉਸ ਰੇਡੀਓ ਹੋਸਟ ਨੂੰ ਸੁਖਦੇਵ ਸਿੰਘ ਦੇ ਨਾਲ ਮਿਲਾ ਕੇ ਦੇਖੋ। ਚਾਹੀਦਾ ਤਾਂ ਇਹ ਸੀ ਕਿ ਸੁਖਦੇਵ ਸਿੰਘ ਹਰ ਪੱਖੋਂ ਉੱਪਰ ਜਾਂਦਾ। ਉਹ ਕਿਉਂ? ਕਿਉਂਕਿ ਸੁਖਦੇਵ ਸਿੰਘ ਦਾ ਜਿਹੜਾ ਪ੍ਰੋਗਰਾਮ ਆ ਉਹ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਕਰਦਾ, ਅਤੇ ਦੂਜਾ ਪ੍ਰੋਗਰਾਮ ਲੱਚਰਤਾ ਦੀ ਗੱਲ ਕਰਦਾ, ਸਿੱਖਾਂ ਦੇ ਵਿਰੋਧੀ ਦੀ ਗੱਲ ਕਰਦਾ, ਸਿੱਖੀ ਨੂੰ ਨਿਘਾਰ ਵੱਲ ਖੜਦਾ, ਲੋਕਾਂ ਨੂੰ ਝੂਠ ਦਾ ਮਤਲਬ ਕਿ ਇਹੋ ਜਿਹਾ ਪ੍ਰੋਪੋਗੰਡਾ ਤਿਆਰ ਕਰਦਾ ਕਿ ਜਿਹੜੀ ਗੱਲ ਕਦੇ ਹੋਈ ਨਹੀਂ, ਜਿਹੜੀ ਗੱਲ ਕਦੇ ਵਾਪਰੀ ਨਹੀਂ। ਉਹ ਸੱਚ ਨੂੰ ਝੂਠ ਪੇਸ਼ ਕਰਦਾ, ਝੂਠ ਨੂੰ ਸੱਚ ਪੇਸ਼ ਕਰਦਾ, ਇਸ ਕਰਕੇ ਉਹ ਤਰੱਕੀਆਂ 'ਚ ਆ। ਅਤੇ ਜਿਹੜਾ ਅੱਜ ਦੀ ਆਵਾਜ਼ ਜਾਂ ਵਰਲਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ, ਜਿਹੜਾ ਬੰਦਾ ਹੱਕ ਸੱਚ ਇਨਸਾਫ ਦੀ ਗੱਲ ਕਰਦਾ, ਉਹ ਹਰ ਪਾਸਿਓਂ ਥੱਲੇ ਨੂੰ ਜਾ ਰਿਹਾ। ਅਤੇ ਜਿਹੜਾ ਬੰਦਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀ ਗੱਲ ਕਰਦਾ ਜਾਂ ਇਹਨਾਂ ਨੂੰ ਤਾਂ ਚੱਕਦਾ, ਉਹ ਬੰਦਾ ਵੀ ਤਾਂ ਜਾ ਰਿਹਾ। ਮੈਨੂੰ ਕੋਈ ਸਮਝ ਨਹੀਂ ਲੱਗ ਰਹੀ। ਜਦੋਂ ਅਸੀਂ ਸਿੱਖ ਵਰਲਡ ਦੀ ਗੱਲ ਕਰ ਲਈਏ, ਹੁਣ ਇੱਥੇ ਟੋਰਾਂਟੋ ਦੀ ਗੱਲ ਕਰ ਲਓ, ਜਿੰਨਾ ਮੀਡੀਆ ਹੈ ਉਹਨੂੰ ਪ੍ਰਮੋਟ ਕਰਦੇ ਨੇ ਬਿਜ਼ਨਸਮੈਨ, ਪਰ ਜ਼ਿਆਦਾਤਰ ਬਿਜ਼ਨਸ ਸਾਡੇ ਸਿੱਖਾਂ ਭਰਾਵਾਂ ਦਾ। ਪਰ ਮੈਂ ਖਾਸ ਤੌਰ 'ਤੇ ਵੇਖਿਆ, ਪਰ ਉਹ 'ਚ ਮਤਲਬ ਕਿ ਸਿੱਖੀ ਦੀ ਆਪਣੀ ਖੁਸ਼ਬੂ ਨਹੀਂ ਆਉਂਦੀ। ਹੁਣ ਇਹਦਾ ਮਤਲਬ ਕੀ ਨਿਕਲਦਾ? ਬਿਜ਼ਨਸਮੈਨ ਤਾਂ ਇਹੋ ਜਿਹੇ ਰੇਡੀਓ ਨੂੰ ਪ੍ਰਮੋਟ ਵੀ ਨਹੀਂ ਕਰਦੇ, ਉਹਨਾਂ ਨੂੰ ਖੁੱਲ੍ਹ ਕੇ ਐਡਵਰਟਾਈਜ਼ ਵੀ ਨਹੀਂ ਦਿੰਦੇ। ਕਿਉਂ? ਅਤੇ ਨਾਲੇ ਆਪਾਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਮੱਥਾ ਟੇਕਦੇ ਹਾਂ, ਅਤੇ ਉਦੋਂ ਤਾਂ ਅਸੀਂ ਇਹ ਗੱਲ ਕਰਦੇ ਹਾਂ, ਹੇ ਪਰਮਾਤਮਾ ਸੱਚਿਆ ਪਾਤਸ਼ਾਹ ਮੈਂ ਹੱਕ ਸੱਚ ਇਨਸਾਫ ਦੀ ਗੱਲ ਕਰਾਂ, ਹੇ ਪਰਮਾਤਮਾ ਸੱਚਿਆ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੇਰੇ ਜੋ ਸਾਨੂੰ ਉਪਦੇਸ਼ ਦਿੱਤਾ ਮੈਂ ਉਹ 'ਤੇ ਚੱਲਾਂ। ਪਰ ਨਾ ਉਹਤੇ ਚੱਲਦੇ ਹਾਂ, ਨਾ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਹਾਂ, ਨਾ ਕਰਨ ਵਾਲੇ ਦੀ ਸਪੋਰਟ ਕਰਦੇ ਹਾਂ, ਅਤੇ ਇਹਦਾ ਮਤਲਬ ਕੀ ਨਿਕਲਦਾ ਪਿਆ ਹੈ? ਗੁਰੂ ਪਿਆਰਿਓ, ਮੈਨੂੰ ਇਹ ਗੱਲਾਂ ਜੋ ਮੈਂ ਤੁਹਾਡੇ ਸਾਹਮਣੇ ਰੱਖੀਆਂ ਸੱਚੀਆਂ ਰੱਖੀਆਂ, ਕਿਉਂਕਿ ਜੋ ਮੈਂ ਰੋਜ਼ ਦੇਖਦਾ, ਜਿਹੜਾ ਬੰਦਾ ਜਿਹੜਾ ਮੀਡੀਆ ਚਾਹੇ ਉਹ ਅਖਬਾਰ ਹੋਵੇ ਚਾਹੇ ਉਹ ਰੇਡੀਓ ਸਟੇਸ਼ਨ ਹੋਵੇ, ਜਿਹੜਾ ਤੁਹਾਡੀਆਂ ਜੜ੍ਹਾਂ ਵੱਢਦਾ, ਉਹ ਤਾਂ ਜਾ ਰਿਹਾ ਦਿਨੋ ਦਿਨ ਅਪ 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 ਅਪ। ਅਤੇ ਜਿਹੜਾ ਬੰਦਾ ਸੱਚੋ ਸੱਚ ਦੱਸਦਾ, ਜਿਹੜਾ ਬੰਦਾ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਕਰਦਾ, ਮਨੁੱਖਤਾ ਦੀ ਗੱਲ ਕਰਦਾ, ਉਹ ਦਿਨੋ ਦਿਨ ਡਾਊਨ ਜਾ ਰਿਹਾ, ਡਾਊਨ ਡਾਊਨ ਡਾਊਨ। ਉਹਦਾ ਰੇਡੀਓ ਪ੍ਰੋਗਰਾਮ ਨਹੀਂ ਚੱਲਦਾ, ਉਹ ਕੀ ਕਰਦਾ, ਘਰ ਦੇ ਉੱਤੇ ਮੌਰਗੇ ਚੱਕਦਾ ਵਿਚਾਰਾ, ਰੇਡੀਓ 'ਤੇ ਫਿਰ ਪੇ ਕਰਦਾ, ਔਰ ਰੇਡੀਓ 'ਤੇ ਪੇ ਕਰਦਾ, ਦੂਜੇ ਪਾਸੇ ਉਹ ਆਪਣਾ ਜੌਬ ਵੀ ਕਰਦਾ, ਉਹ ਟੈਕਸੀ ਵੀ ਚਲਾਉਂਦਾ, ਟਰੱਕ ਵੀ ਚਲਾਉਂਦਾ, ਜਾਂ ਹੋਰ ਕੋਈ ਨਾਲ ਆਪਣੀ ਸਾਈਡ ਬਾਈ ਸਾਈਡ ਜੌਬ ਵੀ ਕਰਦਾ, ਤਾਂ ਫਿਰ ਵੀ ਨਹੀਂ ਉਹਦਾ ਪੂਰਾ ਹੁੰਦਾ। ਪੂਰਾ ਕਿਹਦਾ ਨਹੀਂ ਹੁੰਦਾ? ਪੂਰਾ ਕਿਹਦਾ ਨਹੀਂ ਹੁੰਦਾ? ਜਿਹੜਾ ਸੱਚੀ ਸੁੱਚੀ ਗੱਲ ਕਰਦਾ। ਪਰ ਜਿਹੜਾ ਸੱਚੀ ਸੁੱਚੀ ਗੱਲ ਨਹੀਂ ਕਰਦਾ, ਉਹ ਇੱਕ ਘੰਟੇ 'ਚ ਸਾਰਾ ਕੁਝ ਪ੍ਰਾਪਤ ਕਰ ਰਿਹਾ, ਸਾਰਾ ਕੁਝ। ਉਹਦੇ ਕੋਲ ਘਰ ਵੀ ਵਧੀਆ, ਉਹਦੇ ਕੋਲ ਕਾਰਾਂ ਵੀ ਵਧੀਆ, ਉਹਦੇ ਕੋਲ ਦੁਨੀਆਂ ਦੀ ਹਰ ਚੀਜ਼। ਪਰ ਇੱਥੇ ਨਾਲ ਹੀ ਇੱਕ ਗੱਲ ਹੋਰ, ਜਿਹੜਾ ਬੰਦਾ ਝੂਠ ਦੇ ਨਾਲ ਜਾਂ ਹੱਕ ਸੱਚ ਇਨਸਾਫ ਦੀ ਗੱਲ ਨਹੀਂ ਕਰਦਾ, ਉਹਦੇ ਕੋਲੋਂ ਵਧੀਆ ਕਾਰਾਂ, ਵਧੀਆ ਮਕਾਨ, ਵਧੀਆ ਹਰ ਚੀਜ਼ ਹੁੰਦੀ ਆ, ਉਦੋਂ ਨਹੀਂ ਅਸੀਂ ਕਹਿੰਦੇ ਯਾਰ ਇਹਦੇ ਕੋਲ ਆਹ ਚੀਜ਼ ਨਹੀਂ ਚਾਹੀਦੀ, ਪਤਾ ਨਹੀਂ ਕਿੱਥੋਂ ਆ ਗਈ ਆ। ਉਹਦੇ 'ਤੇ ਕੋਈ ਉਂਗਲ ਨਹੀਂ, ਕੋਈ ਉਂਗਲ ਨਹੀਂ ਉੱਤੇ ਉਠਾਉਂਦਾ। ਪਰ ਜਿਹੜਾ ਬੰਦਾ ਸੱਚੀ ਸੁੱਚੀ ਗੱਲ ਕਰਦਾ, ਸੱਚੀ ਸੁੱਚੀ ਗੱਲ ਕਰਦਾ, ਉਹਦੇ 'ਤੇ 36 ਉਂਗਲੀਆਂ ਉਠਾਈਆਂ ਜਾਂਦੀਆਂ। ਪਰ ਉਠਾਉਂਦੇ ਵੀ ਅਸੀਂ ਹਾਂ। ਕਿਉਂ ਬਈ? ਮੇਰਾ ਕਹਿਣ ਦਾ ਮਤਲਬ ਇਹ ਸਭ ਕੁਝ ਉਲਟਾ ਪੁਲਟਾ ਚੱਲ ਰਿਹਾ, ਔਰ ਬਿਜ਼ਨਸਮੈਨਾਂ ਦੇ ਇੱਕ ਗੱਲ ਪੱਕੀ ਆ, ਬਿਜ਼ਨਸਮੈਨ ਜਿਹੜੇ ਭਰਾ ਆ ਸਮਹਾਓ ਇਸ ਸਾਈਡ ਤੋਂ ਉਹਨਾਂ ਦਾ ਦਿਮਾਗ ਵੀ ਬਿਲਕੁਲ ਬਲੋ ਕੀਤਾ ਪਿਆ। ਉਹਨਾਂ ਨੂੰ ਵੀ ਕੋਈ ਇੰਨੀ ਲੈਣੀ ਦੇਣੀ ਨਹੀਂ ਹੈਗੀ ਵੀ ਕੌਮ ਜਾਵੇ ਢੱਠੇ ਖੂਹ 'ਚ। ਅਸੀਂ ਤਾਂ ਆਪਣਾ ਤੋਰੀ ਫੁਰਕਾ ਚਲਾਉਣਾ, ਅਸੀਂ ਤਾਂ ਆਪਣਾ ਬਿਜ਼ਨਸ ਚਲਾਉਣਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕੀ ਜਾਣੇ ਆ, ਪਰ ਗੁਰੂ ਦੀ ਮੰਨਣੀ ਵੀ ਕੋਈ ਨਹੀਂ। ਸੋ ਇੰਨੀ ਕੁ ਮੈਂ ਗੱਲਬਾਤ ਕਰਨੀ ਸੀ। ਬਾਕੀ ਦਾਸ ਨੇ ਬੇਨਤੀ ਇਹ ਕਰਨੀ ਹੈ ਕਿ ਅਸੀਂ ਦੇਖੋ ਕਿੰਨਾ
ਟਾਈਮ ਕੱਢਦੇ ਹਾਂ, ਤਿਆਰੀਆਂ ਕਰਦੇ ਹਾਂ, ਵੀਡੀਓ ਤਿਆ ਆਪ ਲਈ ਆਪ ਜੀ ਲਈ ਪਾਉਂਦੇ ਹਾਂ, ਪਰ ਬੇਨਤੀ ਹੈ ਕਿ ਤੁਸੀਂ ਕਮੈਂਟਸ ਜ਼ਰੂਰ ਦਿਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਰਾਹੀਂ ਸਾਨੂੰ ਪਤਾ ਲੱਗਣਾ ਕਿ ਅਸੀਂ ਕਿੱਥੇ ਸਹੀ ਹਾਂ, ਕਿੱਥੇ ਗਲਤ ਹਾਂ, ਔਰ ਨਾਲ ਦੀ ਨਾਲ ਤੁਸੀਂ ਹੋਰ ਕੀ ਸੁਣਨਾ ਚਾਹੁੰਦੇ ਜੇ, ਤੁਸੀਂ ਕਿਹੋ ਜਿਹੀ ਵੀਡੀਓ ਸੁਣਨਾ ਚਾਹੁੰਦੇ ਜੇ, ਸਾਨੂੰ ਉਹਦੇ ਬਾਰੇ ਵੀ ਦੱਸਿਆ ਕਰੋ ਕਿ ਅਸੀਂ ਆਪ ਜੀ ਲਈ ਹੋਰ ਵੀਡੀਓ ਲੈ ਕੇ ਆ ਸਕੀਏ। ਸੋ ਆਪ ਜੀ ਨੂੰ ਬੇਨਤੀ ਇੱਕ ਵਾਰ ਫਿਰ ਹੈ ਕਿ ਆਪ ਜੀ ਨੇ ਕਮੈਂਟਸ ਜ਼ਰੂਰ ਦੇਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।